ਪਾਏ ਨਾ ਕਿ ਇਹ ਇੱਥੇ ਬੱਚੇ ਵੀ ਪੜਾਉਂਦੇ ਤੁਸੀਂ ਇਹ ਬਲੈਕ ਬੋਰਡ ਹੁੰਦਾ ਹੈ ਬੱਚੇ ਵੀ ਪੜਾਉਂਦੇ ਬੈਠੋ ਤੇ ਮੈਂ ਚਾਹੁੰਦਾ ਮੇਰੀ ਪਾਸਪੋਰਟ ਤੁਸੀਂ ਸਿਰ ਲਾਓ ਨਾ ਪਾਸਪੋਰਟ ਤਸਵੀਰ ਤੇ ਵਿੱਚ ਜੁੱਤੀ ਵੀ ਆਉਣੀ ਚਾਹੀਦੀ ਹੈ ਜੁੱਤੀ ਵੀ ਆਉਣੀ ਚਾਹੀਦੀ ਪਾਸਪੋਰਟ ਸਾਈਜ਼ ਜੋਗਰ ਰਮੇ ਲੈ ਰਹੇ ਨਾ ਹਾਂਜੀ ਅੱਛਾ ਇਹ ਵੀ ਆਣ ਜੇ ਦੇ ਵਿੱਚ ਹਾਂ ਪਾਸਪੋਰਟ ਪਾਸਪੋਰਟ ਹਾਂ ਤੂੰ ਨਾ ਫਿਰ ਮੇਰਾ ਭਰਾ ਉੱਥੇ ਨਾ ਚੌਂਕਰੀ ਮਾਰ ਕੇ ਬਹਿ ਓਏ ਜੁੱਤੀ ਕਿੱਥੋਂ ਆ ਜਾਣੀ ਪਾਸਪੋਰਟ ਸਾਈਜ਼ ਤੁਹਾਡੇ ਚੋਂ ਕਦੀ ਕੋਈ ਖਾਨਦਾਨ ਚੋਂ ਬਾਹਰ ਨਹੀਂ ਗਿਆ ਕਦੇ ਸਿੱਧਾ ਸਿੱਧਾ ਤੁਹਾਡੇ ਚੋਂ ਮੇਰਾ ਗੱਲ ਕਰਦਾ ਹੈ ਹੀ ਕੋਈ ਨਹੀਂ ਉਹ ਮੂੰਹ ਵੀ ਸਿੱਧਾ ਰੱਖਣਾ ਕਾਕਾ ਉਹ ਯਾਰ ਕਿਹੜੇ ਹਿਸਾਬ 'ਚ ਪੈ ਗਏ ਉਹ ਤੋਂ ਸਟੈਂਡ ਫੜੋ ਬਾਹਰੋਂ ਓਏ ਇੱਧਰ ਨੂੰ ਓਏ ਨਹੀਂ ਵੀ ਦਿਲ ਕਰਦਾ ਨਾ ਤੂੰ ਵੇਖਣਾ ਮੇਰੇ ਲਈ ਬਿਲਕੁਲ ਸਿੱਧਾ ਇਹਦੇ ਵਿੱਚ ਆ ਜਾ ਇਹਦੇ ਵਿੱਚ ਆ ਜਾ ਇਹਦੇ ਵਿੱਚ ਆ ਜਾ ਇਹ ਰਾਣਾ ਸਾਹਿਬ ਕੈਂਚੀਆਂ ਵੀ ਰੱਖੀਆਂ ਕੋਈ ਕਟਿੰਗ ਵੀ ਕਰਦੇ ਹੋ ਹਾਂਜੀ ਜਿਹੜਾ ਬੰਦਾ ਬਹੁਤੀਆਂ ਗੱਲਾਂ ਕਰੇ ਨਾ ਉਹਦੀ ਨਾਲ ਜ਼ਬਾਨ ਕੱਟ ਦੇ ਫੋਟੋ ਖਿਚਾਉਣ ਆਏ ਹੋ ਜਾਂ ਮਤਲਬ ਕਿ ਪਿਕਨਿਕ 'ਤੇ ਆਏ ਹੋ ਕਿ ਗੈਸਟ ਆਏ ਹੋ ਮੇਰੇ ਅਤੇ 300 ਦੀਆਂ 12 300 ਦੀਆਂ 12 ਹਾਂ ਤੇ ਦੇ ਵੀ ਦਿਓ 10 ਮਿੰਟ ਦੀ ਦਿੰਦੇ ਤੁਸੀਂ ਨਾ ਵਾਹ ਵਾਹ 300 ਦੀਆਂ 12 ਜੀ 300 ਦੀਆਂ 12 250 ਦੀਆਂ 8 200 ਦੀਆਂ 6 ਅੱਛਾ 12 ਦਾ ਮਤਲਬ ਕਿ ਦਰਜਨ ਜੀ ਦਰਜਨ ਮਿੱਠੀਆਂ ਨੇ ਮਸਮੀਆਂ ਨੇ ਇਹ ਤਸਵੀਰਾਂ ਨੇ ਤੇ ਮੈਂ ਤੁਹਾਨੂੰ ਆਪਣੀ ਖੁਸ਼ੀ ਦੇ ਨਾਲ 3100 ਰੁਪਇਆ ਦੇਵਾਂ ਸਾਰੀ ਬਰਾਤ ਪਾਸਪੋਰਟ ਸਾਈਜ਼ ਤਸਵੀਰਾਂ ਜੀ 3100 ਤੁਹਾਡਾ ਰਿਜ਼ਲਟ ਅੱਛਾ ਮੈਂ ਸਰ ਤੁਹਾਡਾ 3100 ਡਬਲ ਕਰਕੇ ਨਾ 6200 ਵਾਰੀ ਲਾਣਤ ਪੈਣਾ ਤੁਹਾਡੇ ਵਿਆਹ ਤੇ ਤੁਹਾਡੇ ਸ਼ੂਰ ਤੇ ਤੁਹਾਡੀਆਂ ਸ਼ਕਲਾਂ ਤੇ ਉੜ ਲਓ ਤੇ ਸਰ ਖਾਨਾ ਖਰਾਬ ਦੇ ਪੁੱਤਰੋ ਬੈਠੋ ਜੀ ਭਾਜੀ ਇੱਧਰ ਆਓ ਸਾਹਮਣੇ ਬੈਠੋ ਉੱਧਰ ਬੈਠ ਯਾਰ ਸਾਹਮਣੇ ਇੱਥੇ ਪਾਏ ਨਾ ਕਿ ਇਹ ਇੱਥੇ ਬੱਚੇ ਵੀ ਪੜਾਉਂਦੇ ਤੁਸੀਂ ਇਹ ਬਲੈਕ ਬੋਰਡ ਹੁੰਦਾ ਹੈ ਬੱਚੇ ਵੀ ਪੜਾਉਂਦੇ ਬੈਠੋ ਤੇ ਉਹ ਬਹਿ ਜਾ ਯਾਰ ਮੇਰੀ ਖੁਆਇਸ਼ ਹੈ ਇਹ ਚੁਕਵਾ ਦੇ ਹਾਂ ਮੈਂ ਚਾਹੁੰਦਾ ਮੇਰੀ ਪਾਸਪੋਰਟ ਤੁਸੀਂ ਸਿਰ ਲਾਓ ਨਾ ਪਾਸਪੋਰਟ ਤਸਵੀਰ ਤੇ ਵਿੱਚ ਜੁੱਤੀ ਵੀ ਆਉਣੀ ਚਾਹੀਦੀ ਹੈ ਜੁੱਤੀ ਵੀ ਆਉਣੀ ਚਾਹੀਦੀ ਪਾਸਪੋਰਟ ਸਾਈਜ਼ ਜੋਗਰ ਰਮੇ ਲੈ ਰਹੇ ਨਾ ਹਾਂਜੀ ਅੱਛਾ ਇਹ ਵੀ ਆਣ ਜੇ ਇਹਦੇ ਵਿੱਚ ਹਾਂ ਪਾਸਪੋਰਟ ਪਾਸਪੋਰਟ ਹਾਂ ਤੂੰ ਨਾ ਫਿਰ ਮੇਰਾ ਭਰਾ ਉੱਥੇ ਨਾ ਚੌਂਕਰੀ ਮਾਰ ਕੇ ਬਹਿ ਓਏ ਜੁੱਤੀ ਕਿੱਥੋਂ ਆ ਜਾਣੀ ਪਾਸਪੋਰਟ ਸਾਈਜ਼ 'ਚ ਤੁਹਾਡੇ ਚੋਂ ਕਦੀ ਕੋਈ ਖਾਨਦਾਨ ਚੋਂ ਬਾਹਰ ਨਹੀਂ ਗਿਆ ਅੰਦਰ ਸਾਰੇ ਤੇ ਅੰਦਰ ਨੇ ਜੇ ਤੁਹਾਡੇ ਪਾਸਪੋਰਟ ਬਣੇ ਨਹੀਂ ਕਦੀ ਕਿਸੇ ਦਾ ਹੈ ਪਤਾ ਹੀ ਨਹੀਂ ਕਿਸੇ ਨੂੰ ਹੱਦ ਹੋ ਗਈ ਯਾਰ ਉਹ ਜੁੱਤੀ ਕਿਹੜੀ ਆ ਜਾਣੀ ਪਾਸਪੋਰਟ ਸਾਈਜ਼ 'ਚ ਜਦੋਂ ਪਾਸਪੋਰਟ ਮੇਰਾ ਤੇ ਫਿਰ ਜੁੱਤੀ ਆ ਜਾਏ ਤੇ ਕਿਹੜੀ ਗੱਲ ਹੈ ਮੇਰਾ ਪਾਸਪੋਰਟ ਮੇਰਾ ਹੈ ਤੇ ਜੁੱਤੀ ਨਵੀਂ ਜੁੱਤੀ ਸੀ ਮੇਰੀ ਉੱਥੇ ਬਹਿ ਗਿਆ ਨਾ ਮੇਰਾ ਉੱਥੇ ਬਲਕਿ ਬਹਿ ਨਾ ਉੱਥੇ ਕੰਨ ਫੜ ਤੇਰੀਆਂ ਦੋਵੇਂ ਚੀਜ਼ਾਂ ਆ ਜਾਣਗੀਆਂ ਉਹ ਬੈਠੋ ਤੇ ਜੁੱਤੀ ਜਾਣੀ ਚਾਹੀਦੀ ਤੇਰੀ ਰੁੱਸ ਕੇ ਬੈਠਾ ਹੈ ਆਪੇ ਤੁਸੀਂ ਬਹਿਣ ਦਾ ਕਹਿ ਤੇ ਮੈਂ ਬਹਿ ਗਿਆ ਜੀ ਹੁਣ ਆਪੇ ਬੇਟਾ ਤੂੰ ਤੇ ਅੰਜ ਬੈਠਾ ਦੁਲਹਨ ਇੱਕ ਰਾਤ ਕੀ ਬਣ ਗਏ ਸਿੱਧਾ ਬੂਠਾ ਨੂੰ ਰੱਖਣਾ ਹੈ ਇਹ ਇੱਥੇ ਐ ਠੀਕ ਹੈ ਐ ਦੰਦ ਅੰਦਰ ਰੱਖਣੇ ਦੰਦ ਅੰਦਰ ਜਿਵੇਂ ਪੈਸੇ ਨਹੀਂ ਰੱਖੇ ਅੰਦਰ ਦੰਦ ਵੀ ਅੰਦਰ ਹੈ ਸਿੱਧਾ ਸਿੱਧਾ ਤੁਹਾਡੇ 'ਚ ਮੇਰਾ ਗੱਲ ਕਰਦਾ ਹੈ ਹੀ ਕੋਈ ਨਹੀਂ ਉਹ ਮੂੰਹ ਵੀ ਸਿੱਧਾ ਰੱਖਣਾ ਕਾਕਾ ਉਹ ਯਾਰ ਕਿਹੜੇ ਹਿਸਾਬ 'ਚ ਪੈ ਗਏ ਉਹ ਤੋਂ ਸਟੈਂਡ ਫੜੋ ਬਾਹਰੋਂ ਓਏ ਇੱਧਰ ਨੂੰ ਓਏ ਨਹੀਂ ਵੀ ਦਿਲ ਕਰਦਾ ਨਾ ਤੂੰ ਵੇਖਣਾ ਮੇਰੇ ਲਈ ਠੀਕ ਹੈ ਮੇਰੇ ਵੱਲ ਵੇਖਣਾ ਸ਼ੇਵ ਕਰਾਉਣ ਲੱਗਾ ਆਇਆ ਕੀ ਆਪੇ ਤੁਸੀਂ ਕਿ ਵੇਖਣਾ ਮੇਰੇ ਵੇਲੇ ਕੀ ਚਲੋ ਹੈ ਪਾਸਪੋਰਟ ਬਣਾਉਣੀ ਹੈ ਅੱਛਾ ਅੱਛਾ ਪਾਸਪੋਰਟ ਗੱਲ ਸਮਝ ਆਈ ਹੈ ਇਹ ਕਿੱਟੀ ਗੱਲ ਬੋਲ ਕਰ ਵਿੰਗਾ ਹੋ ਗਿਆ ਹੈ ਸਿੱਧਾ ਹੋ ਗਿਆ ਬਿਲਕੁਲ ਸਿੱਧਾ ਹੈ ਜੀ ਸਟੇਟ ਆ ਖੋਲ ਦੇ ਕੀ ਮਤਲਬ ਤੁਰ ਪੈਂਦੇ ਤੇਰੇ ਹੱਥ ਖੋਲ ਲੈ ਮੈਂ ਕਾਕਾ ਤੁਸੀਂ ਹੱਥ ਖੋਲਣ ਦਾ ਕਿਹਾ ਆਪੇ ਹੀ ਹੈ ਹੱਥ ਕਿਹਾ ਖੋਲ ਦੋ ਮੈਂ ਖੋਲ ਤੇ ਲੱਗਦਾ ਸਾਰਾ ਖੋਲ ਜਾਣਾ ਥੋੜੀ ਦੇਰ ਬਾਅਦ ਇਹ ਹੱਥ ਤੇ ਰੱਖੋ ਚੱਲ ਐ ਸਿੱਧਾ ਬੈਠ ਕੀ ਹੈ ਤੈਨੂੰ ਦਮਾ ਤੈਨੂੰ ਹੈ ਆਪੇ ਤੁਸੀਂ ਕੀ ਆਸਰਾ ਵੇਖਣਾ ਡੁੱਬਣ ਲੱਗਾ ਸਾਹ ਘੁੱਟਿਆ ਤੂੰ ਹੈ ਜਿਵੇਂ ਕਹਿ ਰਹੇ ਸਾਲ ਮਾਰ ਲੱਗਾ ਨਹਿਰ ਚ ਇਹ ਕਾਹਦਾ ਭਰਿਆ ਤੂੰ ਹੈ ਤੁਸੀਂ ਕਹਿ ਸਾਹਮਣੇ ਦੇਖਣਾ ਮੈਂ ਸਾਹਮਣੇ ਦੇਖ ਰਿਹਾ
ਉਹ ਸਲਵਾਰ ਕਮੀਜ਼ ਪਾ ਤੋ ਨਾ ਸਲਵਾਰ ਚ ਭਰਲਾ ਹਵਾ ਤਾਂ ਕਿ ਜਿਹੜੀ ਟੁਬਕੀ ਲੱਗ ਜਾਏ ਤੇਰੀ ਠੀਕ ਤਰੀਕੇ ਨਾਲ ਕਿੱਥੇ ਹੱਥ ਰੱਖ ਸਾਹ ਸੁਮੇ ਤੁਰ ਗਿਆ ਸਾਹ ਖਿੱਚਣਾ ਹੈ ਜਿਵੇਂ ਬਿਠਾ ਰਹੇ ਜੀ ਮੈਂ ਉਂਝ ਹੀ ਬੈਠ ਰਿਹਾ ਜੀ ਕਿਸ ਕਿਹੜੇ ਇਲਾਕੇ ਦੇ ਤੁਸੀਂ ਕਿੱਥੋਂ ਆਏ ਹੋ ਕਿਹੜੀ ਮਖਲੂਕ ਹੋ ਕਿਹੜੇ ਸਿਆਰੇ ਦੇ ਹੋ ਜਿਵੇਂ ਕਹਿ ਰਹੇ ਜੀ ਉਂਝ ਹੀ ਕਰ ਰਹੇ ਉਹ ਮੂੰਹ ਸਿੱਧਾ ਕਰੀ ਯਾਰ ਨਾ ਪਾਕਿਸਤਾਨੀ ਹਿਲਾ ਸਿੱਧੇ ਹੋਣੇ ਨਾ ਤੇਰਾ ਮੂੰਹ ਸਿੱਧਾ ਰੱਖ ਮੇਰਾ ਪੁੱਤਰ ਉਹ ਸਿੱਧਾ ਹੋਏ ਇੰਜ ਇਹ ਤੂੰ ਅੱਖਾਂ ਕਾ ਕਰਦਾ ਮੈਂ ਤੇਰੇ ਥੱਪੜ ਮਾਰਦਾ ਹੈ ਤੂੰ ਕੋ ਸਿੱਧਾ ਹੋ ਕੇ ਨਹੀਂ ਬਹਿ ਹੁੰਦਾ ਇਹ ਚੱਲ ਹੱਥ ਰੱਖ ਇੱਥੇ ਸ਼ਾਬਾਸ਼ ਇੱਥੇ ਹੁਣ ਮੇਰੇ ਵੱਲ ਵੇਖਣਾ ਹੀ ਹੈ ਇਹ ਬਿਲਕੁਲ ਸਿੱਧਾ ਉਹ ਤੈਨੂੰ ਕਬਜ਼ ਆ ਤੈਨੂੰ ਕਿਉਂ ਕਰ ਲੈਂਦਾ ਇੰਜ ਕੀ ਹੈ ਕਾਹਦੇ ਜ਼ੋਰ ਲੱਗਣ ਡੇ ਇਹਦੇ ਤੇਰੇ ਹੈ ਠੀਕ ਹੈ ਮੈਂ ਇੱਥੇ ਹਲੋ ਬਿਲਕੁਲ ਸਿੱਧਾ ਇਹਦੇ ਵਿੱਚ ਆ ਜਾ ਇਹਦੇ ਵਿੱਚ ਆ ਜਾ ਇਹਦੇ ਵਿੱਚ ਆ ਜਾ ਤੈਨੂੰ ਕਿਹਾ ਮੈਂ ਗਿਆ ਹੈ ਲਾੜਾ ਮੈਨੂੰ ਮਾਰੇ ਜਾਣ ਡਿਆ ਤੁਸੀਂ ਮੈਂ ਪੜ੍ਹੇ ਲਿਖੇ ਆਦਮੀ ਆ ਮੈਂ ਨਹੀਂ ਚਾਹੁੰਦਾ ਕਿ ਸਰੋਲਾ ਪਵੇ ਮੇਰੇ ਸਟੂਡੀਓ 'ਚ ਮੈਂ ਤੈਨੂੰ ਬਿਹਤਰੀਨ ਚਪੇੜਾ ਮਾਰਾਂ ਤੈਨੂੰ ਸਮਝ ਆ ਜਾਏ ਚਾਚਾ ਜੀ ਚਾਚਾ ਜੀ ਜਿੱਥੇ ਤੈਨੂੰ ਪੈਣੀ ਉੱਥੇ ਚਾਚੇ ਨੂੰ ਨਾ ਪੈਣੀ ਨਾਲ ਹੈ ਤੂੰ ਤੇ ਤਸਵੀਰ ਬਣਾਉਣੀ ਔਖੀ ਕਰਤੀ ਮੈਨੂੰ ਤਸਵੀਰ ਐਡੀ ਔਖੀ ਬਣਨ ਦੀ ਤੇਰੀ ਤਕਦੀਰ ਕਿਵੇਂ ਬਣੇਗੀ ਉਹ ਸਿੱਧਾ ਆ ਕੇ ਬਹਿ ਹੋਏ ਉਹ ਤੂੰ ਮੈਂ ਕਿਉਂ ਕਰ ਲੈਣਾ ਤੈਨੂੰ ਕੀ ਮਸਲਾ ਕੀ ਤੇਰਾ ਕਿਵੇਂ ਬੈਠਾ ਮੈਂ ਜਿਵੇਂ ਕਹਿ ਰਹੇ ਚਲੋ ਹੈਲੋ ਤੂੰ ਕਿਉਂ ਖੋਲਣਾ ਮੂੰਹ ਕਿ ਕੰਢੀ ਚੱਕ ਰੋਣਾ ਹੈ ਚਲੋ ਇਹ ਪਾਸਪੋਰਟ ਵਾਸਤੇ ਪਾਸਪੋਰਟ ਬਣਾਉਣੀ ਹੈ ਥੱਲੇ ਰੱਖ ਇਹਨੂੰ ਪਾਰਕ 'ਚ ਬੈਠਾ ਤੂੰ ਸਿੱਧਾ ਬੈਠ ਉਹ ਯਾਰ ਥੱਲੇ ਕਰ ਲਾ ਓਏ ਥੱਲੇ ਕਰ ਲਾ ਕੀ ਘੁੱਟਿਆ ਕਿਸੇ ਚੀਜ਼ ਨੂੰ ਤੂੰ ਹੈ ਸਮਾਨ ਚੁੱਕਿਆ ਤੂੰ ਸਰਦੀ ਵਾਲਾ ਪਾਸਪੋਰਟ ਜੀ ਉਹ ਠਹਿਰ ਜਾ ਸਰਦੀ ਵਾਲਾ ਮਾਜੀ ਵਾਲੇ ਆ ਗਏ ਪਤਾ ਇਹ ਆਖਰ ਘਰ ਦੀ ਹੋਣੀ ਮੰਨੀ ਹੋਣੀ ਚਾਚਾ ਜੀ ਇਹ ਆਖਰ ਮੰਨੀ ਹੋਣੀ ਤੂੰ ਲਾੜੇ ਦੇ ਸਿੱਧਾ ਕੇ ਸਿੱਧਾ ਕੇ ਬੈਠ ਮੇਰਾ ਦਿਲ ਕਰਦਾ ਮੈਂ ਤੈਨੂੰ ਪਿੱਛੇ ਕਰਦਾ ਉਹ ਬੋਰਡ ਅੱਗੇ ਕਰ ਲਾ ਚਾਚਾ ਮੇਰੇ ਚਾਚੇ ਨੂੰ ਸੱਦੋ ਪਹਿਲੇ ਚਾਚੇ ਨੂੰ ਸੱਦੋ ਤੇਰੇ ਨੂੰ ਮਿਲਣੀ ਹੋਣ ਲੱਗੀ ਮਾਰੀ ਜਾਂਦੇ ਲਾੜੇ ਨੂੰ ਸਿੱਧਾ ਉਹ ਸਿੱਧਾ ਹੋ ਕੇ ਬੈਠ ਹੋਏ ਉਹ ਤੈਨੂੰ ਕੀ ਮਸਲਾ ਕੀ ਤੈਨੂੰ ਆਪੇ ਸਿੱਧਾ ਤੁਸੀਂ ਕਹਿ ਤੁਹਾਡੀ ਇਹ ਕੀ ਸਿੱਧਾ ਹੁੰਦਾ ਸਿੱਧਾ ਕੇ ਬੈਠ ਚਲ ਮੈਂ ਲਾੜਾ ਲਾੜਾ ਨਾਲ ਸ਼ੈਂਪੂ ਲਿਆ ਨਾ ਵੀ ਲਾਛ ਬੈਠ ਚਾਚਾ ਜੀ ਪਤਾ ਨਹੀਂ ਕਿਹੜੇ ਬਾਹਰ ਜਾਣਾ ਤੂੰ ਸ਼ਦਰੇ ਦਾ ਵੀਜ਼ਾ ਲਵਾ ਰਿਹਾ ਹੈ ਬਾਹਰ ਦਾ ਅਸਲੀ ਜਹਾਜ਼ ਵਾਲਾ ਬਾਹਰ ਜਾਣਾ ਮੈਂ ਜਹਾਜ਼ ਤੇ ਬਹਿ ਕੇ ਤੁਹਾਡੇ ਅਰਗੇ ਬਾਹਰ ਹੀ ਠੀਕ ਨੇ ਇਹ ਘਰ ਵਾਲੇ ਹੈ ਹੀ ਨਹੀਂ ਸਿੱਧਾ ਕੇ ਬੈਠ ਰਹੇ ਚੁੰਮੀ ਲੈਣ ਲੱਗਾ ਕੈਮਰੇ ਦੀ ਹੈ ਚੁੰਮੀ ਲੈਣ ਲੱਗਾ ਸਿੱਧਾ ਹੈ ਹੁਣ ਸਿੱਧਾ ਬੈਠਾ ਸਿੱਧਾ ਬੈਠ ਚੱਲ ਉਹ ਸਿੱਧਾ ਉਹ ਅੱਜ ਤੁਹਾਡਾ ਮੂੰਹ ਕਿਉਂ ਨਹੀਂ ਹੁੰਦੇ ਲਾ ਕੇ ਫੜਾ ਦਿਆਂ ਤੁਹਾਨੂੰ ਮੈਂ ਯਾਰ ਮੈਂ ਕਿੰਨਾ ਕੁ ਸਿੱਧਾ ਕਰਾਉਣਾ ਮੈਨੂੰ ਤੇਰਾ ਆਪਾਂ ਪਾਨ ਖਾਂਦਾ ਕਦੀ ਕਦੀ ਖਾਂਦਾ ਤਾਂ ਜੋ ਮੂੰਹ ਸਿੱਧਾ ਰੱਖ ਇਹਨੂੰ ਚਾਚਾ ਜੀ ਅੱਬੇ ਦੀ ਗੱਲਾਂ ਕਰਦਾ ਰੈਡੀ ਆ ਜਾ ਉੱਠ ਚੱਲ ਇੱਕ ਹੀ ਲਾਉਣੀ ਮੈਂ ਇੱਕ ਮੈਂ ਤੇਰੇ ਪਹਿਲੇ ਨਹੀਂ ਲਾਈ ਤੇ ਹੋਰ ਲਾਵਾਂ ਇੱਕ ਇੰਨੀ ਮਾਰ ਖਾਦੀ ਇੱਕ ਹੀ ਫੋਟੋ ਹੁੰਦੀ ਪਾਸਪੋਰਟ ਤੇ ਕਿੰਨੀਆਂ ਫੋਟੋ ਨਹੀਂ ਹੁੰਦੀਆਂ ਉਹ ਇੱਕੋ ਹੀ ਹੁੰਦੀ ਉਹਦੀ ਕਿੰਨੀਆਂ ਕੀ ਮਤਲਬ ਕੀ 3 ਕਿਲੋ ਤੁਸੀਂ ਲਾਉਂਦੀ ਹੋ ਪਾਸਪੋਰਟ ਇੰਨੇ ਵਰਕੇ ਇੰਨੇ ਸਾਰੇ ਤੇ ਫੋਟੋ ਇੱਕੋ ਹੀ ਉਹ ਬੁਲਾ ਆਪਣੇ ਚਾਚੇ ਨੂੰ ਚੱਲ ਦਫਾ ਲਓ ਸਾਰੇ ਹੁਣ 10 ਮਿੰਟ ਬੈਠੋ ਤਸਵੀਰਾਂ ਤੁਹਾਨੂੰ ਮਿਲ ਜਾਂਦੀਆਂ ਰਾਣਾ ਸਾਹਿਬ ਹਾਂਜੀ ਤਸਵੀਰਾਂ ਖਿੱਚ ਲਈਆਂ ਹਾਂਜੀ ਤਸਵੀਰਾਂ ਤੁਹਾਡੇ ਸਾਹਮਣੇ ਖਿੱਚੀਆਂ ਨੇ ਮਤਲਬ ਕੋਈ ਰਿਜ਼ਲਟ ਠੀਕ ਹੈ ਰਿਜ਼ਲਟ ਵੀ ਤੁਹਾਨੂੰ ਮੈਂ ਪਹਿਲੇ ਕਿਹਾ ਕੋਈ ਟੇਡੀ ਟੂਡੀ ਤੇ ਨਹੀਂ ਗਿਆ ਕਲਾਬਾਜ਼ੀ ਲਾ ਕੇ ਖਿੱਚੀਆਂ ਫੋਟੋਆਂ ਮੈਂ ਟੇਡੀ ਟੂਡੀ ਮਤਲਬ ਕਿ ਕੀ ਮੇਰਾ ਮਤਲਬ ਇਹ ਕੋਈ ਧੁੰਦਲੀ ਤੇ ਨਹੀਂ ਉਹ ਧੁੰਦਲੀ ਨੇਰੇ 'ਚ ਖਿੱਚੀਆਂ ਮੈਂ ਯਾਰ ਤੁਸੀਂ ਧੁੰਦਲੀ ਕੀ ਮਤਲਬ ਹੁੰਦਾ ਰਾਣਾ ਸਾਹਿਬ ਮੈਂ ਪੁੱਛ ਰਿਹਾ ਕਿ ਬੁਰੀ ਗੱਲ ਹੈਗੀ ਹੈ ਤੇ ਮੈਂ ਤੁਹਾਨੂੰ ਦੱਸ ਰਿਹਾ ਬੁਰੀ ਗੱਲ ਹੈ ਨਹੀਂ ਗੱਲ ਬੁਰੀ ਮਤਲਬ ਬਿਲਕੁਲ ਓਕੇ ਹੈਗੀਆਂ ਨੇ ਕੋਈ ਐਸਾ ਓਏ ਓਕੇ ਹੈਗੀਆਂ ਨੇ ਭਾਈ ਜਾਨੇ ਕਿਸੇ ਨਾ ਤੁਹਾਨੂੰ ਤੁਸੀਂ ਵੇਖ ਲੈਣੀ ਹੁਣ ਉਹ ਦਿਖਾਓ ਆ ਭੇਜ ਦੇ ਮੁੰਡਾ ਪ੍ਰਿੰਟ ਹੋ ਰਹੀਆਂ ਪਾਏ ਨੇ ਅੱਛਾ ਪ੍ਰਿੰਟ ਹੋ ਰਹੀਆਂ ਜੀ 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 ਇਹ ਰਾਣਾ ਸਾਹਿਬ ਕੈਂਚੀਆਂ ਵੀ ਰੱਖੀਆਂ ਕੋਈ ਕਟਿੰਗ ਵੀ ਕਰਦੇ ਹੋ ਹਾਂਜੀ ਜਿਹੜਾ ਬੰਦਾ ਬਹੁਤੀਆਂ ਗੱਲਾਂ ਕਰੇ ਨਾ ਉਹਦੀ ਨਾਲ ਜ਼ਬਾਨ ਕੱਟ ਦੇ ਤਾਂ ਕਿ ਚੁੱਪ ਕਰਕੇ ਫੋਟੋ ਬਣਵਾ ਲਏ
छोटी तस्वीर आने छोटिया जी हां टाइम लगदा फाइन प्रिंट होण ते यार तुसी बंदे बदल लो जेड़ा कि जल्दी काम करन हां गल तेरी बिल्कुल ठीक हद हो गई ए मन गया नहीं हुंदा भी स्याही सिरकी ते फोटो बन गई प्रिंट होनी है बकायदा फिर ओ तुहाड़ प्रिंट आना बाहर अच्छा फिर बाहर आना है जी 10 मिनट लगदे हुंदे ने ते फिर एनी देर कुछ मंगा लो रक्षा मंगा दियो ताकि तुसी दफा हो जाओ अल्लाह ताड़ी रक्षा करे कुछ खान पीन आसे अच्छा खान पीन आसे हां हां फोटो खिचान आए हो या मतलब की पिकनिक ते आए हो की गेस्ट आए हो मेरे अच्छा राणा साहब मैं जिस तरह तुम कहया सी ना बच्चे दी तस्वीर आनी चाहिए है जी उस तरह ही ने ना गोल्डन सेब वांगू है है लालियां पखियां आणा ब्लो रखा जी 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 उस तरह ही ने ना हां जी बल्कि अगर कहंदे हो तो मैं इस तो भी लाल कर देना बच्चे नु अंदर ले जाके ना अग लाग रे तुम फोटो बना देना की लालियां पूरे बदन ते पखणी है तस्वीर बनवानी नहीं आंदी ਸਰ ਤਸਵੀਰ ਕਿਉਂ ਨਹੀਂ ਬਣਵਾਣੀ ਆਂਦੀ ਨੂੰ ਬੇਸ ਹੈਲੋ ਆ ਗਿਆ ਜੀ ਆ ਗਿਆ ਹੈਲੋ ਵਾਹ 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 ਹੈਲੋ ਕੀ ਬਾਤ ਹਾਂਜੀ ਕੈਸੀ ਆਈ ਤਸਵੀਰ ਜੀ ਦੱਸੋ ਰਿਜ਼ਲਟ ਨਾਈਸ ਓਏ ਹੋਏ ਹੋਏ ਕੀ ਗਰਮ ਹੈ ਮੈਂ ਤੁਹਾਡੇ ਤੇ ਗਰਮ ਆ ਰਾਣਾ ਸਾਹਿਬ ਤੂੰ ਤੇ ਹੈ ਹੀ ਬਿਸ਼ਰਮ ਇਹ ਕੀ ਕੀਤਾ ਜੇ ਕੀ ਹੈ ਉਹ ਮੁੰਡੇ ਦੇ ਫੋਟੋ ਚੋਂ ਕਾਨੀ ਉਡਾਤੇ ਜੇ ਮੈਂ ਤੇ ਹਕੀਕਤ ਉਡਾ ਦੇਣੇ ਨੇ ਜੋ ਜੀ ਗੱਲਾਂ ਨੇ ਰਾਣਾ ਸਾਹਿਬ ਉਹਦਾ ਬੁੱਲ ਵੀ ਪਾਟਾ ਹੈ ਹੈ ਇਹ ਕੀ ਆ ਦੇਖੋ ਬੇੜੇ ਗਰਕ ਕਰਤੇ ਜੇ ਤਸਵੀਰ ਦੇ ਮੇਰਾ ਖਿਆਲ ਇਹ ਤਸਵੀਰ ਮਸ਼ੀਨ ਅੰਦਰ ਖਰਾਬ ਹੋ ਗਈ ਹੈ ਇਹ ਸੱਟਾ ਮਸ਼ੀਨ ਚੋਂ ਲੱਗੀ ਹੈ ਭਾਜੀ ਕੀ ਮਸ਼ੀਨ ਦੇ ਅੰਦਰ ਹਾਕੀ ਲੈ ਕੇ ਬੈਠੀ ਹੈ ਅੰਦਰੋਂ ਸੱਟਾ ਵਜੀਆਂ ਨੇ ਹੈ ਗਲਤੀ ਤੁਹਾਡੀ ਹੈ ਮਸ਼ੀਨ ਤੇ ਪਾਉਣ ਦੇ ਔਰ ਨੱਕ ਕਿੱਥੇ ਮੁੰਡੇ ਦਾ ਇਹ ਕਿਹੜਾ ਕੋ ਖਾਨਦਾਨ ਜਿਹੜਾ ਨੇ ਵਹਾਉਂਦੇ ਫਿਰਦਾ ਸਾਡਾ ਖਾਨਦਾਨ ਨਹੀਂ ਹੈ ਜੀ ਨੱਕ ਉੱਚਾ ਰੱਖਣਾ ਹੈ ਵਾਓ ਸਭ ਦੇਖੋ ਤਾਂ ਸਹੀ ਬੇੜੇ ਗਰਕ ਲੋ ਜੀ ਅੱਲਾ ਝੂਠ ਨਾ ਬੁਲਾਏ ਮਸ਼ੀਨ ਸੱਚੀ ਜੇ ਮੈਂ ਝੂਠਾ ਇਹ ਇੰਜ ਹੋਣਾ ਚਾਹੀਦਾ ਜੋ ਇਹ ਬਣਿਆ ਹੈ ਨਾ ਇਹ ਹੋਣਾ ਚਾਹੀਦਾ ਵਜਾ ਖਾਨਾ ਖਰਾਬ ਦਾ ਪੁੱਤਰ ਉਹ ਮੁੰਡਾ ਐਡਾ ਸੋਹਣਾ ਤੇ ਕੀਤਾ ਕੀ ਜੇ ਉਹ ਪ੍ਰਿੰਟ ਕਿਹੜਾ ਭੇਜਿਆ ਹੀ ਹਾਂ ਪ੍ਰਿੰਟ ਕਿਹੜਾ ਭੇਜਿਆ ਕੈਪੀਟਲ ਚ ਭੇਜਿਆ ਉਹ ਠਹਿਰੋ ਯਾਰ ਇੱਕ ਮਿੰਟ ਲੋ ਆ ਹੁਣ ਆਇਆ ਜੀ ਅੱਛਾ ਜੀ ਐ ਐ ਦੇਖੋ ਰੋ ਨਾਈਸ ਵਾਹ ਰੇ ਵਾਹ ਜੀ ਐ ਦੇ ਸੁਣੋ ਵਾਹ ਰਾਣਾ ਸਾਹਿਬ ਉਹ ਮਾਵੀ ਤਾਂ ਨੇ ਉਹ ਹੋਰ ਦੂਸਰਾ ਆ ਗਿਆ ਕੀ ਆਲਾ ਕੰਮ ਕੀਤਾ ਜੇ ਸਰ ਰਿਜ਼ਲਟ ਤੇ ਸਾਡਾ ਤੁਹਾਨੂੰ ਪਹਿਲੇ ਕਿਹਾ ਹਾਏ ਮੈਂ ਕਹਿੰਦਾ ਜੀ ਡਨ 100% ਡਨ ਬੇਸ਼ੱਕ ਠੀਕ ਹੋ ਗਿਆ ਇਹ ਅਸ ਆਪਣਾ ਪਾਸਪੋਰਟ ਸਾਈਜ਼ ਤਸਵੀਰਾਂ ਦੇ ਕਿੰਨੇ ਪੈਸੇ ਨੇ ਕੋ ਪਤਾ ਇਹ ਸਰ ਸਾਡਾ ਮناسب ਦੇ ਰੇਟ ਹੈ ਜੀ 200 ਦੀਆਂ 6 ਅੱਛਾ 250 ਦੀਆਂ 8 ਤੇ 300 ਦੀਆਂ 12 ਵਾਹ ਵਾਹ 300 ਦੀਆਂ 12 ਹਾਂ ਤੇ ਦੇ ਵੀ ਦਿਓ 10 ਮਿੰਟ ਦੀ ਦਿੰਨੇ ਤਸਵੀਰਾਂ ਵਾਹ ਵਾਹ 300 ਦੀਆਂ 12 ਜੀ 300 ਦੀਆਂ 12 250 ਦੀਆਂ 8 200 ਦੀਆਂ 6 ਅੱਛਾ 12 ਦਾ ਮਤਲਬ ਕਿ ਦਰਜਨ ਜੀ ਦਰਜਨ ਮਠੀਆਂ ਨੇ ਮਸਮੀਆਂ ਨੇ ਇਹ ਤਸਵੀਰਾਂ ਨੇ ਨਹੀਂ ਪੁੱਛਿਆ ਇਹ ਰਾਣਾ ਸਾਹਿਬ ਉਹ ਰਾਣਾ ਸਾਹਿਬ ਜਿਹੜਾ ਮੈਂ ਇਵੈਂਟ ਤੁਹਾਡੇ ਨਾਲ ਡਿਸਕਸ ਕੀਤਾ ਸੀ ਜੀ ਸ਼ਾਦੀ ਵਾਲਾ ਲੋ ਜੀ ਡਨ ਸਾਡੀ ਬਰਾਤ ਚ ਨਾ ਕੋ 300 ਬੰਦਾ ਹੈ ਮਾਸ਼ਾਅੱਲਾ ਬਰਾਦਰੀ ਵੱਡੀ ਹੈ ਜੀ 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 ਅੱਛਾ ਨਾਈਸ ਤੇ ਤੁਸੀਂ ਨਾ ਸਾਰੀਆਂ ਪਾਸਪੋਰਟ ਸਾਈਜ਼ ਤਸਵੀਰਾਂ ਖਿੱਚਣੀਆਂ ਨੇ ਹਰ ਬੰਦੇ ਦੀ ਇਕੱਲੇ ਇਕੱਲੇ ਦੀ ਖਿੱਚਣੀ ਪਾਸਪੋਰਟ ਸਾਈਜ਼ ਜੀ ਸ਼ਾਦੀ ਦੇ ਮੁੰਡੇ ਦੀ ਜੀ 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 ਸਾਲੇ ਉਹ ਬੋਣੇ ਤੁਹਾਡੇ ਖਾਨਦਾਨ ਜੀ ਉਹ ਹੈ ਇਕੱਲੇ ਇਕੱਲੇ ਦੀ ਉੱਥੇ ਮੈਂ ਬੈਕਗ੍ਰਾਉਂਡ ਹੁੰਦਾ ਫਿਰ ਸਾਰੇ 300 ਬੰਦੇ ਨੂੰ ਮਗਰ ਉਹ ਤੇਰਾ ਦਿਮਾਗ ਠੀਕ ਆ ਓਏ ਮੈਂ 1 ਲੱਖ ਵਾਰੀ ਲੜ ਦੇਗਾ ਯਾਰ ਇਕੱਲੇ ਇਕੱਲੇ ਦੀ ਪਾਸਪੋਰਟ ਸਾਈਜ਼ ਬਣਾਓ ਉਹ ਇਕੱਲੇ ਇਕੱਲੇ ਨੂੰ ਮੌਤ ਕਿਉਂ ਨਹੀਂ ਆ ਗਈ ਤੇਰੇ ਖਾਨਦਾਨ ਨੂੰ ਹੈ ਜਨਾਬ ਗੁੱਸਾ ਹੀ ਕਰ ਗਏ ਹੋ ਉਹ ਇੱਕ ਨਹੀਂ ਗੱਲ ਕਰਨੇ ਤੂੰ ਇਕੱਲੇ ਇਕੱਲੇ ਦੀ ਪਾਸਪੋਰਟ ਕਿੱਥੇ ਬੈਕਗ੍ਰਾਉਂਡ ਨਾਲ ਆਉਂਦਾ ਫਿਰਾਂਗਾ 300 ਬੰਦੇ ਨੂੰ ਓਏ ਤੁਹਾਡਾ ਕੰਮ ਹੈ ਰਾਣਾ ਸਾਹਿਬ ਕਰੋ ਕਿਹਦਾ ਕੰਮ ਹੈ ਤੁਹਾਡਾ ਮੈਂ ਕੰਮ ਬੰਦ ਕਰਨ ਲੱਗਾ ਇੱਥੇ ਉੱਲੂ ਦੇ ਪੱਠਿਓ ਹੁਣ ਕੀ ਬਣੇਗਾ ਕੀ ਰਾਣਾ ਸਾਹਿਬ ਗੁੱਸਾ ਹੀ ਕਰ ਗਏ ਤੁਸੀਂ ਉਹ ਤਾਂ ਹੋਰ ਮੈਂ ਤੈਨੂੰ ਮਾਲਾ ਪਾਵਾਂ ਭਾਈ ਜਾਨੋ ਕਮਿਟ ਕਰਕੇ ਆਇਆ ਸੀ ਬਰਾਤ ਨਾਲ ਕਿਹੜੀ ਕਮਿਟ ਕਰਕੇ ਆਇਆ ਤੂੰ ਲੱਗਦਾ
300 ਦੀਆਂ 12 ਤੇ 150 ਦੀਆਂ 6 ਹੋਈਆਂ ਇਹ ਕਰਕੇ ਸਾਹਿਬ ਤਕਰੀਬਨ ਤੁਹਾਡੇ 2800 ਤੇ 300 ਰੁਪਿਆ ਬਣਿਆ ਹੈ ਹਾਂਜੀ ਪੂਰੇ ਸ਼ੂਟ ਦਾ ਹਾਂਜੀ ਸ਼ਾਦੀ ਦਾ ਜੀ 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 ਤੇ ਮੈਂ ਤੁਹਾਨੂੰ ਆਪਣੀ ਖੁਸ਼ੀ ਦੇ ਨਾਲ 3100 ਰੁਪਿਆ ਦੇਵਾਂ ਸਾਰੀ ਬਰਾਤ ਪਾਸਪੋਰਟ ਸਾਈਜ਼ ਤਸਵੀਰਾਂ ਜੀ 3100 ਤੁਹਾਡਾ ਰਿਜ਼ਲਟ ਅੱਛਾ ਮੈਂ ਸਰ ਤੁਹਾਡਾ 3100 ਡਬਲ ਕਰਕੇ ਨਾ 6200 ਵਾਰੀ ਲਾਣਤ ਪੈਣਾ ਤੁਹਾਡੇ ਵਿਆਹ ਤੇ ਤੁਹਾਡੇ ਸ਼ੂਟ ਤੇ ਤੁਹਾਡੀਆਂ ਸ਼ਕਲਾਂ ਤੇ ਉੜ ਲਓ ਕਿਤਾ ਖਾਨਾ ਖਰਾਬ ਜੇ ਪੁੱਤਰੋ ਖਾਨਾ ਖਰਾਬ ਬੜ ਚਲਵਾ 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 ਇਹਦਾ ਕੋਸੇ ਚੁਗਲੇ ਚੁਗਲੇ ਚਾਏ ਹੈ ਚੁਗਲੇ ਚਾਏ ਓਏ ਮੈਂ ਆਪੇ ਚੁਗਲੇ ਵਾਲੀ ਦੀ ਕੁਰਸੀ ਕਹਿਣ ਦੇ ਸਾਡੇ ਐਲਬਮ ਚੈਂਜਾ ਕਰਦੇ ਆ ਜੀ ਮੈਨੂੰ ਪਤਾ ਨਹੀਂ ਕਿੱਥੋਂ ਆਇਆ ਬੜ ਬੜ ਚੱਲੂ ਬੜ ਚੁਗਲੇ ਜਾਣ ਉਹ ਬੋਲੇ ਦਾ ਹਾਲਾ ਦੁਕਾਨ ਨੂੰ ਮਾਰੋ ਓਏ ਕੋਈ ਕੰਮ ਨਹੀਂ ਹੈਗਾ ਮਨੂ ਦੂਜੇ ਪੱਠੇ